ਤੁਹਾਨੂੰ ਪਤਾ ਜੀ ਕਿ ਜਿਹੜਾ ਪੰਜਾਬ ਦੇ ਵਿਚ ਚੱਲ ਰਿਹਾ ਜਿਹੜਾ ਕਿ ਇਹ ਇਮੀਗ੍ਰੇਸ਼ਨ ਵਾਲੇ ਨੇ ਜਾਂ ਇਹ ਜਿਹੜੇ ਵੱਡੇ ਵੱਡੇ ਮਗਰਮੱਛ ਬੈਠੇ ਹੋਏ ਨੇ ਜਿਨ੍ਹਾਂ ਨੇ ਕਿ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੋਇਆ, ਜਦੋਂ ਇਹਦੇ ਖਿਲਾਫ਼ ਕੋਈ ਬੋਲਦਾ ਉਹ ਤੇ ਪਰਚੇ ਜਾਂ ਕੋਈ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ। ਪਰ ਅਸੀਂ ਕਾਫੀ ਦੇਰ ਤੋਂ ਪਹਿਲੇ ਤੇ ਅਸੀਂ ਆਫ ਦਾ ਕੈਮਰਾ ਕਰਦੇ ਸੀ, ਆਹ ਮਜਬੂਰੀ ਬਣ ਗਈ ਹੈ ਸਾਡੀ ਕਿ ਸਾਨੂੰ ਆਨ ਦਾ ਕੈਮਰਾ ਕਰਨਾ ਪੈਣਾ, ਕਿਉਂਕਿ ਪਿਛਲੇ ਦਿਨ ਸਾਡੇ ਨਾਲ ਵੀ ਜੋ ਹੋਇਆ ਉਹ ਚੀਜ਼ ਨੂੰ ਦੇਖਦੇ ਹੋਏ ਅੱਜ ਦੱਸਣਾ ਚਾਹੁੰਦੇ ਹਾਂ ਕਿ ਤਿੰਨ ਨੌਜਵਾਨ ਫਸੇ ਹੋਏ ਸੀਗੇ ਤੇ ਇਹ ਜਿਹੜੇ ਮਤਲਬ ਜਿਨ੍ਹਾਂ ਦੇ ਪਾਸਪੋਰਟ ਇਮੀਗ੍ਰੇਸ਼ਨ ਵਾਲਾ ਜਿਹੜਾ ਉਸਨੇ ਮਤਲਬ ਆਪਣੇ ਕੋਲ ਰੱਖੇ ਹੋਏ ਸੀ। ਕਿਉਂ? ਕਿਉਂਕਿ ਉਹ ਪਹਿਲੇ ਕੋਈ ਵੀਜ਼ਾ ਲਾ ਚੁੱਕਾ ਸੀ ਇੱਕ ਨੌਜਵਾਨ ਦਾ, ਜਿਹਦੇ ਵਿੱਚ ਉਹ ਵੀਜ਼ਾ ਜਾਲੀ ਸੀਗਾ, ਉਹ ਬੇਚਾਰਾ ਦਿੱਲੀ ਤੋਂ ਮੁੜ ਕੇ ਆਇਆ। ਉਸ ਤੋਂ ਬਾਅਦ ਉਹਦੀ ਪੇਮੈਂਟ ਆ ਜਿਹੜਾ ਬੰਦਾ ਜਿਹਨੇ ਅੱਗੇ ਜਿਹਨੇ ਗਰੰਟੀ ਲਈ ਸੀ ਉਹਨੇ ਆਪਣੇ ਕੋਲੋਂ ਭਰੀ ਉਸ ਪਰਿਵਾਰ ਨੂੰ। ਚਲੋ ਵੀ ਪਰਿਵਾਰ ਬਹੁਤ ਵਧੀਆ ਆ, ਉਹਨੂੰ ਵੀ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਪਰ ਅਸਲ ਦੇ ਵਿੱਚ ਜਿਹੜੀ ਗੱਲ ਅੱਜ ਅਸੀਂ ਉੱਥੇ ਜਾ ਕੇ ਆਏ, ਜਦੋਂ ਲੁਧਿਆਣੇ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਨੇ ਇਹਨਾਂ ਨੇ ਇਹ ਪਾਸਪੋਰਟ ਦੱਬੇ ਹੋਏ ਸੀ ਮੁੰਡਿਆਂ ਨੂੰ ਇਰੀਟੇਟ ਕਰਦੇ ਪਏ ਸੀ, ਕਹਿੰਦੇ ਅਸੀਂ ਕੋਰਟ ਚ ਕੇਸ ਕਰਾਂਗੇ ਫਲਾਣਾ ਧਮਕਾਣਾ। ਜਦੋਂ ਉੱਥੇ ਅਸੀਂ ਪਹੁੰਚੇ ਆ ਤੇ ਉੱਥੇ ਸਾਡੇ ਨਾਲ ਵੀ ਹੋਇਆ ਪੁਲਿਸ ਬੁਲਾ ਲਈ, ਪਰ ਉਸ ਤੋਂ ਬਾਅਦ ਅਸੀਂ ਉਹਨੂੰ ਪੰਜਾਬੀ ਚ ਸਮਝਾਇਆ, ਜਿਹੜੀ ਪੰਜਾਬੀ ਭਾਸ਼ਾ ਸਾਡੇ ਨਿੰਘ ਸਿੰਘਾਂ ਦੀ ਹੁੰਦੀ ਆ, ਉਸ ਤੇ ਉਸ ਚ ਸਮਝਾ ਕੇ ਉਸਨੂੰ ਕਿਹਾ। ਉਸਨੇ 10 ਤਰੀਕ ਦਾ ਟਾਈਮ ਲਿਆ ਸੀ ਸਾਡੇ ਕੋਲ 11 ਤਰੀਕ ਦਾ। ਅੱਜ ਅਸੀਂ ਪਾਸਪੋਰਟ ਉਹਨਾਂ ਵੀਰਾਂ ਨੂੰ ਵਾਪਸ ਕਰਦੇ, ਤਿੰਨੋਂ ਵੀਰ ਨੇ ਜੀ। ਤੁਸੀਂ ਦੇਖ ਰਹੇ ਪੰਜਾਬ ਦੀ ਜਵਾਨੀ ਆ ਜਿਨ੍ਹਾਂ ਨੂੰ ਵਾਰ ਵਾਰ ਜਿੱਦਾਂ ਗੁੰਮਰਾਹ ਕੀਤਾ ਜਾਂਦਾ ਜਾਂ ਜੋ ਵੀ ਹੋ ਜਾਂਦਾ, ਜਦੋਂ ਇਹਨਾਂ ਦੇ ਪਾਸਪੋਰਟ ਦੱਬੇ ਜਾਂਦੇ ਨੇ ਇਹਨਾਂ ਨੂੰ ਬਹੁਤ ਤਕਲੀਫਾਂ ਵੀ ਝੱਲਣੀਆਂ ਪੈਂਦੀਆਂ ਨੇ। ਤੇ ਇਹ ਜਦੋਂ ਮੇਰੇ ਕੋਲ ਆਏ ਨੇ, ਚਲੋ ਜਿਹੜੀ ਸਾਡੀ ਗੁਰੂ ਸਾਹਿਬ ਨੇ ਸੇਵਾ ਲਾਈ ਹੋਈ ਆ, ਕਿੱਥੋਂ ਕਿੱਥੋਂ ਆਏ ਫਿਰ ਦੱਸ ਦੋ ਤੁਸੀਂ? ਅੱਛਾ, ਇਹ ਤਿੰਨੋਂ ਅਲੱਗ ਅਲੱਗ ਜਗ੍ਹਾ ਤੋਂ ਆਏ ਨੇ ਤੇ ਇਹ ਕਿਸੇ ਆਸ ਨਾਲ ਆਏ ਸੀ। ਹਾਂਜੀ, ਧੰਨਵਾਦ ਆ ਜੀ ਬਾਬਾ ਜੀ ਦਾ ਬਹੁਤ ਬਹੁਤ, ਜਿਨ੍ਹਾਂ ਨੇ ਕਾਫੀ ਟਾਈਮ ਤੋਂ ਪਾਸਪੋਰਟ ਫਸਾਏ ਹੋਏ ਜੀ, ਸਾਡੇ 6-7 ਮਹੀਨੇ ਹੋ ਗਏ ਨੇ ਬਾਬਾ ਜੀ ਕੋਲ ਆਏ ਸੀ, ਅਸੀਂ ਬਾਬਾ ਜੀ ਨੇ ਪਾਸਪੋਰਟ ਸਾਡੇ ਵਾਪਸ ਕਰਵਾਏ ਨੇ, ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਦਾ ਸਾਡਾ। ਪੈਸੇ ਦੱਸੋ ਕੀ ਮੰਗਦੇ ਤੁਹਾਡੇ ਕੋਲ, ਇਹ ਚੀਜ਼ ਵੀ ਦੱਸੋ ਨਾ ਸਾਰੇ। ਪੈਸੇ ਜੀ 3-4 ਲੱਖ ਰੁਪਿਆ ਮੰਗਦੇ ਜੀ ਸਾਡੇ ਕੋਲੋਂ ਵੀ ਪਾਸਪੋਰਟ ਵਾਪਸ ਦੇਵਾਂਗੇ ਤਾਂ ਕਰਕੇ, ਤੇ ਬਾਬਾ ਜੀ ਨੇ ਸਾਡੇ ਚਲੋ ਨਾਲ ਰਲ ਕੇ ਜਿੱਦਾਂ ਵੀ ਆ ਬਾਬਾ ਜੀ ਨੇ ਸਾਰਾ ਕੰਮ ਕਰਵਾਇਆ ਵਾ, ਕੋਈ ਪੈਸਾ ਸਾਡੇ ਤੋਂ 1 ਰੁਪਿਆ ਵੀ ਨੀ ਲਿਆ ਜੀ ਬਾਬਾ ਜੀ ਨੇ, ਤੇ ਸਾਡੇ ਪਾਸਪੋਰਟ ਸਾਡੇ ਹੱਥ ਚ ਨੀ, ਦੇਖ ਸਕਦੇ ਤੁਸੀਂ। ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਇਹਨਾਂ ਨੌਜਵਾਨਾਂ ਨਾਲ ਨੀ, ਇਦਾਂ ਦੇ ਕਈ ਨੌਜਵਾਨ ਹੋਰ ਵੀ ਹੋਣਗੇ, ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਰੇਕ ਉਹ ਆਵਾਜ਼ ਨੂੰ ਜਿਹੜੀ ਕਿ ਪੰਜਾਬ ਦੇ ਹੱਕ ਦੇ ਵਿੱਚ ਬੋਲਦੀ ਹੈ, ਜਾਂ ਇਦਾਂ ਦੇ ਹਰ ਕੋਈ ਨੌਜਵਾਨ ਹੋਵੇ, ਉਹ 3-3 ਲੱਖ ਰੁਪਏ ਇਹਨਾਂ ਤੋਂ ਪਾਸਪੋਰਟ ਵਾਪਸ ਦੇਣ ਦੇ ਲੈ ਰਹੇ ਸੀਗੇ, ਕਿਉਂਕਿ ਇਹਦੇ ਵਿੱਚ ਹੀ ਸਾਰਾ ਕੁਝ ਹੁੰਦਾ ਤੁਹਾਨੂੰ ਪਤਾ, ਇਹ ਉਹਨਾਂ ਲਈ ਤਾਂ ਕਾਗਜ਼ ਆ, ਇਹਨਾਂ ਲਈ ਬਹੁਤ ਕੁਝ ਆ। ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਤੇ ਜਿਹੜੀ ਮਤਲਬ ਜਿਹੜੀ ਨਕੇਲ ਕੱਸੀ ਜਾਵੇ ਇਹਨਾਂ ਏਜੰਟਾਂ ਦੇ, ਜਿਹੜੇ ਕਿ ਇੱਦਾਂ ਦੇ ਨੌਜਵਾਨਾਂ ਨੂੰ ਦੁਖੀ ਕਰਦੇ ਨੇ। ਇਹ ਵਿਚਾਰੇ ਬਹੁਤ ਦੁਖੀ ਸੀ ਜਦੋਂ ਸਾਡੇ ਕੋਲ ਆਉਂਦੇ ਸੀਗੇ, ਮਤਲਬ ਮੂੰਹ ਡਿੱਗਿਆ ਹੁੰਦਾ ਸੀ, ਅੱਜ ਇਹ ਰੌਣਕਾਂ ਚਿਹਰੇ ਤੇ ਵਾਪਸ ਆਈਆਂ ਕਿਉਂਕਿ ਇਹਨਾਂ ਦੀ ਚੀਜ਼ ਵਾਪਸ ਮਿਲ ਗਈ ਆ, ਇਹਨਾਂ ਨੂੰ ਇਰੀਟੇਟ ਕੀਤਾ ਜਾਂਦਾ ਸੋਹਣੇ, ਕੋਈ ਇਹਨਾਂ ਦੇ ਪ੍ਰੈਸ਼ਰ ਨਹੀਂ, ਕੋਈ ਇਹਨਾਂ ਤੋਂ ਇੱਕ ਰੁਪਈਆ ਨਹੀਂ ਲੈਣ ਦਿੱਤਾ, ਇੱਦਾਂ ਹੀ ਪਾਸਪੋਰਟ ਵਾਪਸ ਕਰਾਏ ਨੇ। ਤੇ ਹਾਂ, ਕੁਝ ਜਿਹੜੇ ਗਰੰਟਡ ਬੰਦਾ ਉਹਦੇ ਜਿਹੜੇ ਪੈਸੇ ਫਸੇ ਉਹਨੂੰ ਉਹ ਵੀ ਵਾਪਸ ਕਰਾਵਾਂਗੇ, ਉਹ ਵੀ ਟਾਈਮ ਲੈਣੇ ਅਸੀਂ ਉਹਨਾਂ ਕੋਲੋਂ। ਬਾਬਾ ਜੀ ਦੇ ਕੋਲ ਆਏ ਸੀ ਜੀ, ਸਾਡੇ ਪਾਸਪੋਰਟ ਫਸੇ ਹੋਏ ਸੀ ਜੀ, ਸਾਨੂੰ ਘੱਟੋ ਘੱਟ 15-20 ਦਿਨ ਹੋ ਗਏ ਤੇ ਉਹਨੇ ਗੇੜੇ ਮਾਰਦੇ ਨੂੰ, ਅੱਜ ਦੇ ਦਾਂਗੇ ਕੱਲ ਨੂੰ ਦੇ ਦਾਂਗੇ, ਤੁਹਾਡੇ ਤੋਂ ਪੈਸੇ ਲੈਣੇ ਨੇ, ਕਦੇ ਪੁਲਿਸ ਵਾਲਿਆਂ ਨੂੰ ਬੁਲਾ ਲਾ ਦੇ ਜੀ, ਵਿੱਚ ਤੁਹਾਨੂੰ ਫੜਾ ਦਾਂਗੇ, ਤੁਹਾਡਾ ਏਜੰਟ ਕੌਣ ਸੀ ਜੀ? ਇਹਨਾਂ ਨੇ ਕਰਦਿਆਂ ਕਰਾਉਂਦਿਆਂ ਨੇ ਸਾਨੂੰ ਨਹੀਂ ਜੀ ਰਾਹ ਦਿੱਤਾ ਜਮਾ ਵੀ। ਕਿੱਥੋਂ ਆਉਂਦੇ ਸੀ ਬਾਬਾ ਜੀ? ਅਸੀਂ ਤਲਮੰਡੀ ਤੋਂ ਆਉਂਦੇ ਸੀ ਬਾਬਾ ਜੀ, ਨਾਭੇ ਤੋਂ ਅੱਗੇ ਆਈ 18 ਕਿਲੋਮੀਟਰ ਤਲਮੰਡੀ। ਅਸੀਂ ਦਿਹਾੜੀਦਾਰ ਬੰਦੇ ਤੇ ਜੀ, ਸਾਨੂੰ ਇਹ ਬੰਦਾ ਸ਼ਰੇਆਮ ਧੱਕਾ ਕਰ ਰਿਹਾ ਜੀ, ਪੈਸੇ ਦੇ ਦੋ ਤਾਂ ਤੁਹਾਨੂੰ ਪਾਸਪੋਰਟ ਦੇ ਦਾਂਗੇ। ਮੇਰਾ ਬੇਟਾ ਜੀ, ਦੋ ਮੇਰੇ ਗਵਾਂਢੀ ਤੇ ਜੀ, ਇੱਕ ਬਲਿਆਲ ਦਾ ਮੁੰਡਾ ਜੀ, ਇੱਕ ਸਾਡਾ ਭਾਣਜਾ ਜੀ, ਉਹਨਾਂ ਦੇ ਤਿੰਨਾਂ ਦੇ ਪਾਸਪੋਰਟ ਰੱਖ ਕੇ ਕਹਿੰਦਾ ਜੀ 4 ਲੱਖ ਰੁਪਇਆ ਦਿਓ ਤਾਂ ਤੁਹਾਨੂੰ ਪਾਸਪੋਰਟ ਦੇਵਾਂਗੇ।
ਤਾਂ ਤੁਹਾਨੂੰ ਪਾਸਪੋਰਟ ਦੇਵਾਂਗੇ। ਫਿਰ ਸਾਡੇ ਬਾਬਾ ਜੀ ਮਿਲੇ ਨੇ, ਇਹਨਾਂ ਨੇ ਕੋਈ ਪੈਸਾ ਨਹੀਂ ਲੱਗਣ ਦਿੱਤਾ ਜੀ, ਕੋਈ ਸਾਡੇ ਤੇ ਪੁਲਿਸ ਨਹੀਂ ਆਉਣ ਦਿੱਤੀ, ਤਾਂ ਇਹਨਾਂ ਨੇ ਪਾਸਪੋਰਟ ਦਵਾਏ ਨੇ, ਨਹੀਂ ਕੋਈ ਨਹੀਂ ਸਾਡੇ ਨਾਲ ਖੜਦਾ ਸੀ ਜੀ।